हाँ जी भी जी, सारे बिजनेस सत श्री अकाल जी। संदीप डेयरी फार्म तुहाडा बहुत बहुत वेलकम है जी। अज की भी जी अपनी विजिट हैगी आ पिंड माड़ी कंबोगी, जिला तरन तरन पहला तहसील पट्टी। इन्हें भी अगे भी वीडियो बनाई थी अपना अज तो 2-3 साल पहले जी। चंगे एनीमल से जी इन्हों को, ठीक है जी। हम बाई जी ने गलबात करांगे जी की प्राइस की मिलक रिकॉर्ड आ। उस तो पहले रिक्वेस्ट करांगे कि जेडे भीर अपने पहली वीडियो वेख रहे, रिक्वेस्ट है कि अपने चैनल सबसक्राइब कर जी, तो घंटे का बटन जरूर दबा ताकि जवाब। भी जी एक होर रिक्वेस्ट आ, जो कोई वीर आए पूरी तसली के चुवाई करे एक दो टाइम, ठीक है। रेट उन्होंने कहना जिन्ना तुम रेट लाओ तो उन्ना रेट लाओ, और आप बाई जी ने गलबात करते हैं जी, ठीक है जी। हाँ जी भी जी, सत श्री अकाल जी। जी पहले तो बहुत बहुत स्वागत है जी। हाँ जी, पिंड माड़ी कंबोगी, ठीक है जी। जिला तरनतारन, ठीक है जी। तहसील पट्टी, ठीक है जी। नाम तो फोन नंबर बोलो जी। नाम मेरा सुखमनदीप सिंह जी, ठीक है जी। फोन नंबर जी, चलो शुरू करिए भीर जी फिर। चलो पहले उन्हें बारे दसो जी, ये किनमें सूई भीर जी? ये दूजा सूई है, सूई नू 5-6 महीने नू हो गए, ठीक है जी। अठ किलो दो टाइम, ठीक है जी। एक भीर जी पिछला थान वी घट वा अद्धा वा, अच्छा अद्धा धारा आदि जी, अद्धा अद्धा की चलो किस्मत रह भी सकती है, बिल्कुल। खोलो जी, वीर जी सुबह जवाई तुसीं किवें कीती है जी? चलो वीर जी फिर भी खोलो गांीर जी, पर सिमन के लगे जी? अच्छा एबीएस मानचो, ठीक है। देखो चंगे पूरे पूरे नॉलेज वीर नू, ठीक है जी। चंगे सीमन बनाते जी, तो गाइया वैसे बहुत चंगी इन्होंने को। देखो जी तीजा सूआ सोनी है जी, आ देखो जी आर्डर देखो जी, थान थून देखा पूरी चल रहा, हम ड्राई कर चुके हैं जी। भी जी रोके जी माड़ा जी, थोड़ा थान दिखा रही पोली चवाई है, मोटा दुध वाला थान लगा, ठीक है जी। चलो भीर जी किन्ना टाइम हो गया भी छड़ी जी? बाकी मुक दे मान दा जरूर करो, ठीक है जी। चलो इधर आ जाओ भीर जी, सही वर्ग ए बच्ची है जी, ये महीना, हां जी हां जी, ठीक है जी।
ਇਹ ਗਬਣ ਦਾ ਨਹੀਂ ਕੀ ਜੀ? ਨਹੀਂ ਨਹੀਂ ਇਹ ਨਹੀਂ ਗਬਣ, ਅੱਛਾ ਜੀ, ਇਹ 11 ਮਹੀਨਾ ਲੱਗਾ ਵਾ, 11 ਮਹੀਨਾ ਲੱਗਾ ਹੀ ਹੈ। ਇਹਦੀ ਮਾਂ ਸੀ ਸ਼ਾਹੀ ਆਲ ਤੇ ਜਰਸੀ ਦਾ ਕ੍ਰੋਸ, ਅੱਛਾ ਜੀ, ਠੀਕ ਹੈ ਜੀ। ਤੇ ਉਹਨੇ ਖੀਰੀ ਸੂਈ ਸੀ, ਹਾਂਜੀ 16 ਕਿਲੋ ਦਿੱਤਾ ਖੀਰੀ ਸੂਈ, 16 ਕਿਲੋ, ਠੀਕ ਹੈ ਜੀ। ਆਪਾਂ ਹੁਣ ਤੋਕਣ ਗਬਣ ਵੇਚ ਕੇ ਪੀਓ, ਠੀਕ ਹੈ। ਇਹ ਵੀ ਖੋਲੋ ਵੀ ਜੀ, ਹਾਂ ਇਹ ਵੀ ਖੋਲੋ। ਚਲੋ ਵੀ ਜੀ, ਦੇਖੋ ਬਹੁਤ ਰਾਜੀ ਬੈਠ ਹੈ ਜੀ। ਅੱਜ ਥਾਣ ਦੇਖੋ, ਥਾਣ ਜੀ ਸੀਲ ਸੂਲ ਬਹੁਤ ਆ ਰਹੀ ਪਰ ਨਾਲ ਛੋਟੇ ਛੋਟੇ ਥਾਣ ਵੀ ਹੈ ਕਿ ਨਾ, ਛਾਕਾਈਆਂ ਹੈਗੀਆਂ ਵਾ ਲੇਕਿਨ ਪਰ ਨਿੱਕੀ ਗਈਆਂ ਤੇ ਥਣ ਥਣ ਵੇਖ ਲਓ, ਸੀਲ ਠੰਡੀ ਬਹੁਤ ਆ। ਹਾਂ ਦੇਖੀ, ਆ ਦੇਖੋ ਜੀ, ਖੋਲੋ ਵੀ ਜੀ, ਆ ਦੇਖੋ। ਤੇ ਸੇਕ ਵੀ ਜੀ ਇਹਦੇ ਦਗਾਏ ਹੋਏ ਆ, ਉਦਾਂ ਬੁੱਬੀਆਂ ਆਈਆਂ ਨਿਕਲੀਆਂ ਹਿਲਦੇ ਆ। ਅੱਛਾ ਠੀਕ ਹੈ ਜੀ, ਤੇਲ ਹੋਣੀ ਵਾਦੇ, ਬਸ ਠੀਕ ਹੈ ਜੀ। ਆ ਦੇਖੋ ਜੀ, ਸ਼ਾਹੀ ਵਾਲਾ ਵਿੱਚ ਆ ਕੇ ਜੀ, ਪਿਓਰ ਸ਼ਾਹੀ ਵਾਲਾ ਜੀ, ਬਸ ਲਿਆਓ ਵੀ ਜੀ, ਲਿਆਓ ਗਰਮ ਕੰਬਲ ਦੇ ਦਿਓ ਪੂਰਾ। ਹਾਂ ਜੀ, ਹਾਂ ਜੀ, ਝਾਲਾ ਝੂਲਾ ਮੇਰੇ ਕੋਲ ਲਿਆਓ ਜੀ। ਬੰਦ ਜੀ, ਇੱਥੇ ਬੰਦ। ਵੀਰ ਜੀ ਇਹਦੀ ਕੀਮਤ ਕੀ ਹੈ ਜੀ? ਇਹਦੀ 15,000 ਰੁਪਇਆ ਹੈ ਜੀ। ਆਉਣ ਵਾਲੇ 2-2.5 ਮਹੀਨੇ ਦੇ ਵਿੱਚ ਅਸੀਂ ਮਨ ਲੈ ਲੂ, ਲੈ ਲੂ, ਠੀਕ ਹੈ ਜੀ। ਤੇ ਹੋਰ ਵੀਰ ਜੀ ਇਹਨਾਂ ਜੋ ਹੋਰ ਆ ਵੀ ਕੱਟੇ ਹੋਏ ਸੇਲੇ ਜੀ ਆਪਣੇ ਕੋਲ? ਇਹਦੇ ਵਿੱਚ ਤਾਂ ਸ਼ੌਂਕ ਨਾਲ ਰੱਖੀਆਂ ਵਾ। ਅੱਛਾ ਜੀ, ਅੱਛਾ, ਤੇ ਜੇ ਕੋਈ ਚੰਗੀ ਕੀਮਤ ਦਊ, ਠੀਕ ਹੈ ਜੀ, ਵੀਰ ਕੋਈ ਸ਼ਕੀਨ ਆ। ਹਾਂਜੀ ਹਾਂਜੀ, ਤੇ ਫਿਰ ਕੱਟੀਆਂ ਦੋਵੇਂ ਨਾਲ ਕੱਟਾ ਜੀ। ਇਤਨੇ ਦੇ ਰਹੇ ਹੋ? 507 ਨੰਬਰ ਸਾਂਦੀ ਆ, ਠੀਕ ਹੈ ਜੀ। ਤੇ ਮਾਂ ਇਹਦੀ ਦੰਦੋਂ ਚੌਗੀ ਸੂਈ ਸੀ, ਠੀਕ ਹੈ ਜੀ। ਉਹਨੇ 13 ਲੀਟਰ ਦੇ ਆਸਪਾਸ ਦੁੱਧ ਦਿੱਤਾ ਵਾ। ਅੱਛਾ ਜੀ, ਅੱਛਾ, ਆਪਣੇ ਕੋਲ ਖੜੀ ਆ, ਠੀਕ ਹੈ ਜੀ। ਤੇ 8 ਮਹੀਨੇ ਦੀ ਏਜ ਵਾ। ਹਾਂਜੀ ਹਾਂਜੀ, 6 ਮਹੀਨੇ ਤੋਂ ਕੋਈ 2-4 ਦਿਨ ਉੱਤੇ ਦੀ ਮਾਂ ਗੱਭਣ ਵਾ, ਠੀਕ ਹੈ ਜੀ। ਤੇ 7 ਕਿਲੋ ਦਾ ਜੀ ਵੀ ਹੈਗਾ ਵਾ, 7 ਕਿਲੋ ਹੈ ਦੁੱਧ ਹੈਗਾ, ਪਿੰਡ ਦਾਣੇ ਤੋਂ ਪਿੰਡ ਦੇ। ਕਿੰਨੇ ਚਿਰ ਦੀ ਹੋ ਗਈ ਵੀਰ ਜੀ ਇਹ? ਇਹ ਵੀ ਜੀ 8 ਮਹੀਨੇ, 8 ਮਹੀਨੇ ਦੀ ਹੋ ਗਈ ਹੈ, ਠੀਕ ਹੈ ਜੀ। ਇਹ ਜੀ 507 ਨੰਬਰ, ਇਹ 507 ਦੀ ਆ ਦੇਖੋ, ਚੰਗੀ ਕੀਮਤ ਭਰੂਗਾ ਤੇ ਵੀਰ ਹੁਣ ਦੇ ਵੀ ਦੇਣਗੇ, ਕਿੰਨੀ ਗੱਲ ਹੈ। ਕੁਆਲਿਟੀ ਵੇਖ ਲਓ ਜੀ, ਕੁਆਲਿਟੀ ਦੇਖੋ ਜੀ, ਆ ਦੇਖੋ, ਬਹੁਤ ਸੀਲ ਸਲਾਕ ਕਟਿੰਗ, ਠੀਕ ਹੈ। ਇਹਦੇ ਬਾਰੇ ਦੱਸੋ ਵੀਰ ਜੀ। ਇਹ ਵੀਰ ਜੀ ਆਪਣੇ ਡਿਲੀਵਰੀ ਪਿੰਡ ਵਿੱਚ ਲੱਗੇ ਬਾਰਡਰ ਤੇ, ਹਾਂਜੀ ਹਾਂਜੀ, ਉਹਨਾਂ ਕੋਲ ਸਰਕਾਰੀ ਸੀਮਾ ਦਾ ਚੰਗਾ ਸਾਹਣ ਵਾ, ਠੀਕ ਹੈ ਜੀ। ਤੇ ਅਜੇ ਵੀ ਹੈਗਾ ਵਾ, ਮਾਂ ਵੀ ਉਹਨਾਂ ਕੋਲ ਹੈਗੀ ਆ, 16 ਕਿਲੋ ਨਾਲ ਦੁੱਧ ਵਾ, ਦੁੱਧ, ਠੀਕ ਹੈ। ਉਹਦੇ ਕੋਲੋਂ ਆਪਾਂ ਆਪਣੇ ਕੋਲ ਝੋਟੀ ਸੀ, ਹਾਂਜੀ ਹਾਂਜੀ ਹਾਂਜੀ, ਉਹ ਕ੍ਰੋਸ ਕਰਾਈ ਸੀ, ਠੀਕ ਹੈ ਜੀ। ਉਹਨੇ 11 ਕਿਲੋ ਦੁੱਧ ਸੀਗਾ, ਦੋਦੀ ਸੂਈ, ਦੋਦੀ, ਅੱਛਾ, 11 ਕਿਲੋ ਦਿੱਤਾ ਪਹਿਲੇ ਸੂਈ, ਹਾਂਜੀ ਹਾਂਜੀ, ਹਾਂ। ਤੇ ਉਹਦੀ ਇਹ ਧੀ ਆ, ਉਹ ਵੀ ਆਪਾਂ ਥੋੜੇ ਦਿਨ ਹੋਏ ਵੇਚਤੀ ਆ, ਵੇਚਤੀ। ਇਹ ਵੀ ਮੈਨੂੰ ਦਿਖਾਓ ਜੀ ਇੱਧਰ, ਆ ਵੀ ਦੇਖੋ, ਬਹੁਤ ਬਰੀਡ ਦੀ ਝੋਟੀ, ਦੋ ਬਹੁਤ ਚੰਗੀਆਂ ਝੋਟੀਆਂ ਜੀ, ਅੱਖਾਂ ਬਹੁਤ ਗੁਲਾਬੀ ਅੱਖਾਂ, ਮਨਕ ਨਹੀਂ ਲੱਗੀ ਬੰਦੇ। ਹਾਂ ਦੇਖ, ਤੇ ਅੱਜ ਥਾਣ ਤੋਂ ਬਹੁਤ ਸੋਹਣਾ ਲੱਗਾ ਜੀ, ਹਜੇ ਚਲੋ ਬੱਚੇ ਹੀ ਆ ਜੀ, ਸੀਲ ਸੂਲ ਬਹੁਤ ਆ ਇਹਦੇ ਵੀ, ਨਿੱਕੀਆਂ ਹੈਗੇ ਜੀ, ਲੇਕਿਨ ਉਹ ਨਿੱਕੀਆਂ ਰਹਿਣਗੀਆਂ, ਠੀਕ ਹੈ ਜੀ। ਤੇ ਥਾਣ ਤੋਂ ਮੋਟਾ ਵੇਖੋ, ਬਿਲਕੁਲ ਜੀ, ਝੋਲੀ ਦੇਖੋ ਕੱਟੀ ਦੀ। ਤੇ ਵੀ ਜੀ ਫਿਰ ਤੁਸੀਂ ਡਿਮਾਂਡ ਇਹਦੇ ਕੀ ਕਰੋਗੇ? ਇਹ ਨਾਲ ਵੀ ਜੀ ਮੌਕੇ ਦੇ, ਮੌਕੇ ਦੇ ਕਰੋ, ਨਾਲ ਕੱਟਾ ਵੀ ਦਵਾਂਗੇ, 113 ਨੰਬਰ ਸਾਂਦਾ ਜੀ। ਅੱਛਾ, ਇਹ ਕੱਟਾ ਵੀ ਦੋਗੇ ਨਾਲ, ਹੈ ਜੀ, ਸੈਟੀ ਗੱਲ ਪੱਧਰੇ, ਬਿਲਕੁਲ ਵੇਖੋ। ਹਾਂਜੀ ਹਾਂ, ਆ ਚਲੋ ਕੋਈ ਨਹੀਂ, ਕਈ ਵਾਰ ਤਿੰਨੇ ਹੀ ਲੈ ਜਾ ਸਕਦਾ ਵੀ, ਇਹ ਆਪਾਂ ਵੀ ਜੀ ਕੱਟੀਆਂ ਵਿੱਚ ਸ਼ੌਂਕ ਨਾਲ ਰੱਖ ਲਿਆਂਦਾ ਸੀ। ਹਾਂਜੀ ਹਾਂਜੀ, ਕੱਟੀਆਂ ਵਿੱਚ, ਠੀਕ ਹੈ ਜੀ। ਤੇ ਹੁਣ ਜੇ ਕੋਈ ਸਕੀਨ ਵੀ ਤਾਂ ਲਊਗਾ, ਹਾਂਜੀ, ਨਾਲ ਦੇ ਦਾਂਗੇ, 113 ਨੰਬਰ ਸਾਂਦਾ ਜੀ, ਠੀਕ ਹੈ ਜੀ। ਤੇ ਇਹਦੀ ਮਾਂ ਦਾ ਦੁੱਧ 20.5 ਕਿਲੋ ਦਾ ਜੀ। ਅੱਛਾ, 20.5 ਕਿਲੋ, ਫੋਟੋ ਵੀ ਆਪਣੇ ਕੋਲ ਹੈਗੀਆਂ ਜੀ, ਮਾਂ ਨੇ ਜਦੋਂ ਨਿੱਕਾ ਸੀ, ਹਾਂਜੀ ਹਾਂਜੀ, ਉਦੋਂ ਤੱਕ, ਠੀਕ ਹੈ ਜੀ, ਉਦੋਂ ਲੈ ਕੇ ਹੁਣ ਤੱਕ, ਠੀਕ ਹੈ ਜੀ, ਹਾਂ। ਤੇ ਇਹ ਆਪਾਂ ਮੁੱਲ ਖਰੀਦਿਆ ਵਾ, ਹਾਂਜੀ ਹਾਂਜੀ, ਇਹ ਅੰਕਲ ਸਾਲ ਹੋਣ ਤੋਂ ਮੱਝ ਗਈ ਸੀ, ਅੱਛਾ ਜੀ, ਬਠਿੰਡੇ ਜ਼ਿਲ੍ਹੇ 'ਚ, ਹਾਂਜੀ ਹਾਂਜੀ, ਉੱਥੋਂ ਮੰਗਵਾਇਆ। ਅੱਛਾ, ਉੱਥੇ ਮੰਗਵਾਇਆ, ਠੀਕ ਹੈ ਜੀ। ਤਾਂ ਵੀਰ ਜੀ ਹੋਰ ਕੋਈ ਇਸ ਤੋਂ ਇਲਾਵਾ ਹੋਰ ਕੋਈ ਸੇਲ ਹੋਵੇ ਆਪਣੇ ਕੋਲ? ਬਸ ਜੀ ਇਹੋ ਹੀ। ਲਓ ਵੇਖੋ ਵੀਰ ਜੀ, ਬਹੁਤ ਚੰਗੇ ਐਨੀਮਲ ਵੀਰ ਉਹਨਾਂ ਕੋਲ, ਤੇ ਬਾਕੀ ਕੱਟੀਆਂ ਬਹੁਤ ਸੋਹਣੀਆਂ ਵਾ, ਤੇ ਜੇ ਕਿਸੇ ਵੀਰ ਨੇ ਲੈਣੀਆਂ ਹੋਣ ਤੇ ਵੀਰ ਉਹਨਾਂ ਕੋਂਟੈਕਟ ਕਰ ਲੈ ਜੀ। 9 ਮਹੀਨੇ ਦੇ, ਇਹਦੇ 8 ਮਹੀਨੇ, ਹਾਂ ਇਹਦੇ 8 ਮਹੀਨੇ, ਚੰਗੇ ਰਿਕਾਰਡ ਵਾਲੀਆਂ ਜੀ, ਕੁੱਕ ਵੇਖੋ, ਹਾਂਜੀ ਹਾਂ, ਦੇਖੀ ਜੀ, ਆਪਣੇ ਘਰ ਦੀਆਂ ਇਹ ਨਹੀਂ ਕਿ ਆਪਾਂ ਕਿਤੇ, ਨਹੀਂ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ, ਦੱਸਤਾ ਵੀਰ ਉਹਨਾਂ ਘਰ ਵਾਲੀਆਂ ਆਪਾਂ ਕਿਤੇ ਲਿਆ ਕੇ ਨਹੀਂ ਵੇਚਣ ਦਾ, ਹਾਂਜੀ ਹਾਂ, ਆਪਣੇ ਹੱਥੀ ਤਿਆਰ ਸੀ ਆ, ਸਾਂਭ ਲਈ ਆ, ਹਾਂਜੀ ਹਾਂਜੀ, ਆ ਸੀਵਨ ਸਟਰਾ ਵੀ ਹੈਗਾ, ਠੀਕ ਹੈ ਜੀ, ਆ ਮਾਜੂ ਚੰਗਾ ਫਿਰ ਸੀਵਨ ਲਾਇਆ ਵਾ, ਠੀਕ ਹੈ ਜੀ। ਤੇ ਲੋ ਵੀ ਜੀ ਵੇਖ ਲਓ, ਇੱਕ ਗਾਈਆਂ ਫਿਰ ਵੇਖ ਲਓ, ਤੇ ਕੋਈ ਵਪਾਰ ਨਹੀਂ ਗਏ ਜੀ, ਦੁੱਧ ਦਾ ਕੰਮ ਆ ਜੀ, ਠੀਕ ਹੈ ਜੀ। ਤੇ ਆ ਜਾ ਮਾਜੂ ਵਿਖਾ ਰਹੀ ਹੈ ਵੀ ਜੀ, ਆ ਜਾ ਜਿਹੜੀ ਉਰਲੀ ਝੋਟੀ 507 ਦੇ, ਹੈ ਜੀ, ਇਹ ਮੱਝ ਆ, ਇਹ ਪਹਿਲਾ ਸੂਆ ਸੂਈ ਹੈ ਜੀ, ਹਾਂ ਜੀ, ਪਹਿਲਾ ਸੂਆ ਚੌਗੀ ਮੂੰਹ ਸੂਈ, ਅੱਛਾ, ਚਾਰ ਦਾਂ ਦੇ ਆ, ਬਹੁਤ ਛੋਟੀ, ਠੀਕ ਹੈ ਜੀ, ਜਿੱਦਾਂ ਮਰਦੀ ਮੂੰਹ ਚ ਆ ਤੁਹਾਨੂੰ ਪਾਈ ਜਾਓ, ਠੀਕ ਹੈ ਠੀਕ, ਬਹੁਤ ਜਾਈ ਸੀ ਥੱਲੀ ਮੱਝ, ਇਹ ਮੱਝ ਦਾ ਨੇ ਸੇਲ ਕਰਨੀ ਜੀ, ਮੱਝ ਨਹੀਂ ਜੀ, ਇਹ ਹੁਣ ਗੱਬਣ ਜੀ, ਇਸ ਟਾਈਮ ਇਹ ਜੀ 6 ਮਹੀਨੇ ਤੋਂ ਉੱਪਰ ਗੱਬਣ, 2-4 ਦਿਨ, ਅੱਛਾ ਜੀ, ਅਜੇ ਇਹਦੇ ਥੱਲੇ ਇਹ ਥੋੜੀ ਤਿਲਕ ਗਈ ਇੱਕ ਦਿਨ ਇਥੋਂ, ਅੱਛਾ ਜੀ, ਲਾਤ ਦੀ ਪੀੜ ਬਣਾ ਕੇ ਦੁੱਧ ਘੜ ਗਈ ਆ, 8-9 ਕਿਲੋ ਦੁੱਧ ਹੈਗਾ ਥੱਲੇ ਜੀ, 8-9 ਕਿਲੋ ਦੁੱਧ ਹੈਗਾ, ਠੀਕ ਹੈ, ਹੁਣ ਕਹਦੇ ਕਾਰਨ 7 ਕਿਲੋ ਦਾ ਜੀ, 7 ਕਿਲੋ, ਠੀਕ ਹੈ, ਪੀੜ ਵਾਂਡ ਤੋਂ, ਠੀਕ ਹੈ ਜੀ, ਪੱਠਿਆਂ ਸਿਰ ਤੇ ਵੀ ਜੀ ਇਸ ਟਾਈਮ ਫਿਰ ਕਿਹੜੇ ਸਾਂ ਤੋਂ ਗੱਬਣਾ ਜੀ ਇਹ? ਇਹਨੂੰ ਜੀ 487 ਨੰਬਰ ਸਾਂ, 487, ਠੀਕ ਹੈ ਜੀ, ਉਹ 507 ਦੀ ਕੱਟੀ ਆ, ਹਾਂਜੀ, ਤੇ ਵੀਰ ਜੀ ਤੁਹਾਨੂੰ ਵੈਸੇ ਜਿਹੜਾ ਨੌਲੇਜ ਬਹੁਤ ਆ ਨੀਲੀ ਦਾ ਵੀ ਬਾਰੇ, ਸੀਮਨ ਫਿਰ ਆਪਾਂ ਅੰਕਲ ਸਾਲ ਹੋਣੀ ਮਿੰਟੋ ਵਾਲੇ, ਹਾਂਜੀ, ਉਹ ਆਪ ਲਿਆਉਂਦੇ ਆ, ਉਹਨਾਂ ਤੋਂ ਲਿਆ ਕੇ ਆਪਾਂ ਸੀਮਨ ਭਰਾਏ ਪਹਿਲਾਂ ਵੀ ਤਾਂ ਹੁਣ, ਠੀਕ ਹੈ ਜੀ, ਠੀਕ ਹੈ, ਆਹ ਕੋਈ
ਚੰਗਾ ਰਕਾਰ ਠੀਕ ਹੈ ਜੀ ਠੀਕ ਸਰਕਾਰੀ ਇੱਕ ਦੋ ਸਾਨ ਹੈਗੇ ਆ ਹਾਂਜੀ ਹਾਂਜੀ ਜਿਹਨਾਂ ਦੁੱਧ ਰਕਾਰ ਚੰਗਾ ਰਕਾਰ ਠੀਕ ਹੈ ਜੀ ਬੱਚੇ ਥੋੜੇ ਜਿਹੇ ਜਾਂ ਤੇ ਥੋੜੀ ਓਵਰ ਵਾਈਟਨੈਸ ਆ ਜਾਂਦੀ ਆ ਹਾਂਜੀ ਹਾਂਜੀ ਜਾਂ ਥੋੜੀ ਜਿਵੇਂ ਵੇਖੋ ਕੱਟੇ ਦੀ ਆ ਹਾਂਜੀ ਹਾਂਜੀ ਘੱਟ ਹੋਣੀ ਪਰ ਇਹਨਾਂ ਵਾ ਕੀ ਰਕਾਰ ਵਾਲੇ ਨਾਲ ਡੰਗਰ ਚੰਗੇ ਬਣਦੇ ਚੰਗੇ ਦੁੱਧ ਰਕਾਰ ਦੁੱਧ ਰਕਾਰ ਕਿੰਨਾ ਦੁੱਧ ਕਰ ਜਾਂਦੇ ਆ ਫਿਰ ਪਹਿਲਾਂ ਨਹੀਂ ਛੋਟੀਆਂ ਜਿਹਨਾਂ ਦੀਆਂ ਉਹਨਾਂ ਦੀਆਂ 13-14 ਕਿਲੋ 13-14 ਕਿਲੋ ਆਪਣੇ ਪਿੰਡ ਕੋਈ ਮੇਰੇ ਮਿੱਤਰ ਵਾ ਹਾਂਜੀ ਹਾਂਜੀ ਉਹਨੇ ਸੀਮਨ ਭਰਾਏ ਚੰਗੇ ਝੋਟੀਆਂ ਨੂੰ ਠੀਕ ਹੈ ਜੀ ਉਹਨੇ ਗਾਂ ਭਰਾਏ ਵੇਖੋ ਅੱਗੇ ਰਿਜ਼ਲਟ ਆਊਗਾ ਅੱਛਾ ਠੀਕ ਹੈ ਜੀ ਉਹਨੇ ਭਰਾਏ ਆ ਮੈਨੂੰ ਵੀ ਦਾੰਦਾ ਸੀ ਤੇ ਭਾਰ ਮੈਂ ਪਹਿਲਾਂ ਉਹ ਤੋਂ ਕੱਟੀ ਸੋਹਣੀ ਆਈ ਹਾਂਜੀ ਹਾਂਜੀ ਤੇ ਮੈਂ ਫੇਰ 487 ਦਾ ਭਰਾਤਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਮਤਲਬ ਨਿਉਂ ਦਾ ਮਤਲਬ ਬੈਸਟ ਹੈ ਤੁਸੀਂ ਮੰਨਦੇ ਆ ਸਰਕਾਰੀ ਸਾਹ ਦਾ ਠੀਕ ਹੈ ਜੀ ਤਾਂ ਲੋ ਵੇਖੋ ਵੀਰ ਜੀ ਵੀਰ ਹੁਣ ਚੰਗਾ ਦੱਸਿਆ ਨੋਲਜ ਬਹੁਤ ਆ ਵੀਰ ਹੁਣਾਂ ਨੂੰ ਪਾਸੇ ਨੇ ਪਹਿਲਾਂ ਦੇ ਦੁੱਧ ਦਿੱਤਾ 13 ਕਿਲੋ ਹੈ ਜੀ ਤੇ ਵੀਰ ਜੀ ਇੱਕ ਗੱਲ ਹੋਰ ਦੱਸੋ ਹੁਣ ਆਪਣੀ ਝੋਟੀਆਂ ਰਾਜੀ ਬਹੁਤ ਆ ਜੀ ਹਾਂਜੀ ਹਾਂਜੀ ਤੇ ਇਹਨਾਂ ਨੂੰ ਫਿਰ ਤੁਸੀਂ ਖੁਰਾਕ ਕੀ ਪਾਣੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਵੀਰ ਜੀ ਪਹਿਲਾਂ ਤਾਂ 2 ਮਹੀਨੇ ਇਹਨਾਂ ਨੂੰ ਵੀਰ ਜੀ 5 ਤੋਂ 5.5 ਲੀਟਰ ਦੇ ਵਿੱਚ ਦੁੱਧ ਦਿੱਤਾ ਵਾ ਹਾਂਜੀ ਹਾਂਜੀ ਦੋਨਾਂ ਨੂੰ ਠੀਕ ਹੈ ਜੀ ਤੇ ਨਾਲ ਇਹਨਾਂ ਨੂੰ ਕਾਸਟਾਟਾ ਥੋੜੀ ਥੋੜੀ ਉਹ ਪਾਈ ਆ ਅੱਛਾ ਕਾਰਗਲ ਦੀ ਫੀਡ ਕਾਰ ਨਹੀਂ ਇਹ ਆਪਣੇ ਨਿਊਟ੍ਰੀਗਣਾ ਦੀ ਅੱਛਾ ਨਿਊਟ੍ਰੀਗਣਾ ਠੀਕ ਹੈ ਜੀ ਠੀਕ ਹੈ ਜੀ ਤੇ ਬਾਅਦ ਵਿੱਚ ਵੀਰ ਜੀ ਇਹਨਾਂ ਨੂੰ ਨਾਲ ਹੁਣ ਹੀਫਰ ਚੱਲਦੀ ਆ ਅੱਛਾ ਜੀ ਨਾਲ ਘਰ ਦਾ ਦਾਣਾ ਪਾਈਦਾ ਵਾ ਠੀਕ ਹੈ ਜੀ ਛੋਲੇ ਹਾਂਜੀ ਸੋਇਆਬੀਨ ਅੱਛਾ ਜੀ ਤੇ ਨਾਲ ਕਣਕ ਮੱਕੀ ਤੇ ਚੋਕਰ ਚੋਕਰ ਹਾਂਜੀ ਇਹ 4-5 ਚੀਜ਼ਾਂ ਲਾ ਕੇ ਨਾਲ ਤੇ ਨਾਲ ਵੀ ਹੀਫਰ ਡਰਾਈ ਫੀਡ ਆ ਹਾਂਜੀ ਹਾਂਜੀ ਠੀਕ ਉਹ ਵੀ ਹਜੇ ਪਾਣੇ ਆ ਉਹ ਵੀ ਨਾਲ ਦੇਣੇ ਇਹਨਾਂ ਨੂੰ ਜੀ ਠੀਕ ਹੈ ਜੀ ਤੇ ਕਿੰਨਾ ਦਾਣਾ ਪਾਣੇ ਵੀ ਜੀ ਫਿਰ ਇਹਨਾਂ ਨੂੰ ਵੀ ਇੱਕ ਟਾਈਮ ਦਾ ਹੈ ਇੱਕ ਟਾਈਮ ਦਾ 1 ਕਿਲੋ ਇੱਕ ਟਾਈਮ ਦਾ 1 ਕਿਲੋ ਠੀਕ ਹੈ 1 ਕਿਲੋ ਸਾਰੀਆਂ ਨੂੰ ਪਾਈਦਾ ਠੀਕ ਹੈ ਇਹਨੇ ਪਾ ਦੇਣੇ ਹੈ ਜੀ 2 ਕਿਲੋ ਦੋਵਾਂ ਟਾਈਮ ਦਾ ਖਾਈ ਦੇਣਾ ਠੀਕ ਹੈ ਲੋ ਵੀ ਜੀ ਦੇਖੋ ਬਾਈ ਦੀਆਂ ਗੱਲਾਂ ਗੌਰ ਕਰਿਆ ਜੀ ਅੱਖ ਉੱਕ ਬਹੁਤ ਆ ਦੇਖ ਲਓ ਇੱਕ ਗੁਲਾਬੀ ਅੱਖ ਆ ਬਿਲਕੁਲ ਗੁਲਾਬੀ ਅੱਖ ਆ ਜੀ ਤੇ ਪਿਓਰ ਨੀਲੀ ਜੀ ਬੱਚੇ ਆ ਗਏ ਆ ਠੀਕ ਹੈ ਜੀ ਇੱਕ ਦੇ 8 ਮਹੀਨੇ ਦੇ ਇੱਕ 9 ਮਹੀਨੇ ਜੀ ਉਹ 9 ਮਹੀਨੇ ਦੇ ਇੱਕ 8 ਮਹੀਨੇ ਆ ਉਹਦੀ ਮਾਂ ਬਾਪ ਸੇਲ ਕਰਤੀ ਆ ਅੱਛਾ ਠੀਕ ਹੈ ਬਖਾਉਂਦੇ ਵੀ ਹਾਂਜੀ ਹਾਂਜੀ ਬਿਲਕੁਲ ਇਹਦੀ ਆਪਣੀ ਪਹਿਲਾਂ ਝੋਟੀ ਸੋਈ ਆ ਠੀਕ ਹੈ ਜੀ ਉਹ 13 ਕਿਲੋ ਦੇ ਆਸ-ਪਾਸ ਦਿੱਤਾ 13 ਕਿਲੋ ਬਸ ਠੀਕ ਸਾਰਾ ਸੁੱਕ ਰੱਖੇ ਗਾਂ ਹੁਣ ਆਪਾਂ ਨਾ ਉੱਤੇ ਆਪਣੇ ਤੁਹਾਡੇ ਚੈਨਲ ਤੇ ਚਵਾਈ ਹੋਈ ਨਹੀਂ ਨਹੀਂ ਕੋਈ ਗੱਲ ਵੀ ਜ਼ਰੂਰ 13 ਕਿਲੋ ਝੋਟੀ ਕਰਨੀ ਜ਼ਰੂਰ ਤੇ ਵੀਰ ਜੀ ਫਿਰ ਇਹ ਕਿੰਨਾ ਕਰੂਗੀ ਤੁਸੀਂ ਕੱਲ ਨੂੰ ਦੁੱਧ ਹਾਂਜੀ ਦੁੱਧ ਵੀਰ ਜੀ ਆਪਣੀ ਜਿਹੜੇ ਸੇਵਣ ਹੈ ਫਲ ਦੀ ਜਿਹੜਾ ਸਾਉਣਾ ਹਾਂਜੀ 8 ਮਹੀਨੇ ਇਹ ਜਾ ਹਾਂਜੀ ਆਉਣ ਵਾਲੇ 6-7 ਮਹੀਨੇ ਜੇ ਪੂਰੀ ਤਿਆਰ ਹੋ ਜੀ ਹਾਂਜੀ ਹਾਂ ਜਿਆਦਾ ਨਹੀਂ ਤੇ 13-14 ਕਿਲੋ ਤੁਣੀ ਮਰਦੀ ਹਾਂ ਪਹਿਲਾਂ ਝੋਟੀ ਨਾ ਕਰ ਇਹਨਾਂ ਨਹੀਂ ਇਹਨਾਂ ਮਰੂਗੀ ਨਹੀਂ 13-14 ਕਿਲੋ ਠੀਕ ਹੈ ਜੀ ਠੀਕ ਹੈ ਵੇਖੋ ਇਹਦੀ ਹੁਣ ਤੋਂ ਹੀ ਰੈਂਕਰ ਲੋਕਲ ਹਾਂ ਨਹੀਂ ਜੀ ਬਹੁਤ ਬਹੁਤ ਸੋਹਣੀ ਹੈ ਜੀ ਦੇਖੋ ਖਾਣ ਬਹੁਤ ਸੋਹਣਾ ਲੱਗਾ ਜੀ ਮੋਟਾ ਥਾਣਾ ਹਾਂ ਬਿਲਕੁਲ ਮੋਟਾ ਥਾਣਾ ਦੇਖੋ ਜੜੋਂ ਮੋਟਾ ਥਾਣਾ ਹਾਂ ਜੀ ਹੈਗਾ ਜੀ ਇਹਨਾਂ ਵੀ ਥੋੜੀ ਜਿਹੀ ਵਿੱਚ ਹੈਗੇ ਵਾ ਵਿੱਚ ਹੈਗੇ ਜੀ ਹਾਂ ਤੇ ਲੇਕਿਨ ਉਹ ਚੱਲਦੇ ਤਾਂ ਨਹੀਂ ਫਿਰ ਜੀ ਨਾ ਨਾ ਵੱਧ ਨਹੀਂ ਉਹਦੇ ਨਹੀਂ ਬਸ ਉਹਨੇ ਰਹਿਣਗੇ ਹੈ ਜੀ ਹਾਂ ਵੇਖੋ ਛਾਗ ਆ ਜਾਂਦੀ ਹਾਂ ਬਿਲਕੁਲ ਜੀ ਚਲੋ ਵੀਰ ਜੀ ਐ ਕਰੋ ਤੁਸੀਂ ਯਾਰ ਨੰਬਰ ਇੱਕ ਵਾਰੀ ਫਿਰ ਬੋਲੋ ਜੀ ਆ ਕੇ ਇੱਧਰ ਬੋਲੋ ਐਡਰੈਸ ਬੋਲਦਾ ਜੀ ਆਪਣਾ ਆ ਕੇ ਐਡਰੈਸ ਬੋਲ ਦੋ ਕੋਈ ਨੰਬਰ ਤਾਂ ਮੈਂ ਸਕਰੀਨ ਤੇ ਲਾ ਦੂੰਗਾ ਨਹੀਂ ਪਤਾ ਲੱਗਾ ਨਵਾਂ ਨੰਬਰ ਲੈ ਵੀ ਲੈਣਾ ਹਾਂਜੀ ਪਿੰਡ ਆਪਣਾ ਮਾੜੀ ਕੰਬੋਕੇ ਹਾਂਜੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤਹਿਸੀਲ ਪੱਟੀ ਠੀਕ ਹੈ ਜੀ ਇਹੀ ਤੁਹਾਡਾ ਨੰਬਰ ਤੁਹਾਡਾ ਸਕਰੀਨ ਤੇ ਚੱਲੂ ਨੰਬਰ ਆਪਣਾ ਸਕਰੀਨ ਤੇ ਲਾ ਦਿਓ ਠੀਕ ਹੈ ਹਾਂਜੀ ਚਲੋ ਵੀਰ ਜੀ ਹੋਰ ਕੁਝ ਕਹਿਣਾ ਚਾਹੋਗੇ ਬਾਸ ਜੀ ਹੁਣ ਆਪਾਂ ਦੇ ਹਾਂਜੀ ਇਹਨਾਂ ਕੀ ਚਲੋ ਇਹ ਜੇ ਧੰਦਾ ਕਰਦੇ ਤੇ ਲਾਏ ਵੰਦਾ ਹੈ ਹਾਂ ਲਾਏ ਵੰਦਾ ਹੈ ਪੈਸੇ 4 ਵੱਜਦੇ ਆ ਹਾਂਜੀ ਠੀਕ ਅੱਧ ਵੱਜਦਾ ਹਾਂਜੀ ਬਾਸ ਚਲੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਤਿ ਸ੍ਰੀ ਅਕਾਲ ਚਲੋ ਵੀਰ ਨੇ ਗੱਲਾਂ ਗੌਰ ਕਰਿਆ ਜੀ ਕਿ ਜਿਹੜੇ ਵੀਰ ਉਹਨਾਂ ਕੋਲ ਐਨੀਮਲ ਹੈਗੇ ਜੀ ਉਹਨਾਂ ਤੁਸੀਂ ਜਿਸ ਤਰ੍ਹਾਂ ਵੀ ਗੱਲਬਾਤ ਕਰੋ ਬਾਕੀ ਝੋਟੀਆਂ ਬਹੁਤ ਸੋਹਣੀਆਂ ਤੇ ਜਿਹੜਾ ਕੋਈ ਰੇਟ ਭਰੂਗਾ ਵੀਰ ਉਹਨਾਂ ਨਾਲ ਤੁਸੀਂ ਲਿਜਾ ਸਕਦੇ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ